ਤੁਸੀਂ ਦੇਖ ਰਹੇ ਹੋ ਈਗਲ ਆਈ 24 ਆਵਰ ਚੈਨਲ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਰੱਖੀ ਗਈ ਬੰਗਾ ਵਿਖੇ ਗੱਲ ਪੰਜਾਬ ਦੀ ਰੈਲੀ ਵਿੱਚ ਮਨੋਹਰ ਲਾਲ ਸਰਪੰਚ ਦੀ ਅਗਵਾਈ ਵਿੱਚ ਵੀ ਪਿੰਡ ਕਮਾਮ ਤੋਂ ਵਰਕਰ ਹੁੰਮ ਹੁੰਮਾ ਕੇ ਦਾਣਾ ਮੰਡੀ ਵਿਖੇ ਪਹੁੰਚੀ। ਇਸ ਮੌਕੇ ਸਰਪੰਚ ਅਤੇ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਮਨੋਹਰ ਲਾਲ ਵੱਲੋਂ ਬੋਲਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਗੱਠਜੋੜ ਦੀ ਹੀ ਬਣੇਗੀ ਅਤੇ ਡਾਕਟਰ ਸੁੱਖੀ ਦੇ ਸਮਰਥਨ ਵਿੱਚ ਉਹਨੇ ਬੋਲਦਿਆਂ ਕਿਹਾ ਕਿ ਅਸੀਂ ਹਲਕਾ ਬੰਗਾ ਤੋਂ ਡਾਕਟਰ ਸੁੱਖੀ ਨੂੰ ਵਿਧਾਨ ਸਭਾ ਵਿੱਚ ਪਹੁੰਚਾ ਕੇ ਆਪਣੇ ਹਲਕੇ ਦਾ ਵਿਕਾਸ ਕਰਵਾਵਾਂਗੇ। ਤੁਸੀਂ ਦੇਖ ਰਹੇ ਹੋ ਈਗਲ 24 ਓਵਰ ਚੈਨਲ। ਸਾਡੇ ਚੈਨਲ ਦੇਖਣ ਲਈ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਜੀ। ਤੁਹਾਡਾ ਆਪਣਾ ਪੱਤਰਕਾਰ ਤਾਰੀ ਲੋਧੀਪੁਰੀਆ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋ ਰਹੇ ਨੇ ਔਰ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬੰਗਾ ਵਿਖੇ ਪਹੁੰਚ ਰਹੇ ਨੇ ਕਿਉਂਕਿ ਸਾਰੇ ਹਲਕਿਆਂ ਦੇ ਵਿੱਚ ਬਲਾਚੌਰ ਹਲਕਾ, ਨਵਾਂ ਸ਼ਹਿਰ ਹਲਕਾ, ਹੋਰ ਸਾਰੇ ਰੋਪੜ ਹਲਕਾ ਬਹੁਤ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਅੱਜ ਦੀ ਇਹ ਰੈਲੀ ਪੰਜਾਬ ਦੀਆਂ ਰੈਲੀਆਂ ਵਿਧਾਨ ਸਭਾ ਪੱਧਰ ਦੀਆਂ ਰੈਲੀਆਂ ਇਹ ਕਾਂਗਰਸ ਸਰਕਾਰ ਦੀਆਂ ਜਿਹੜੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ ਔਰ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਜਿਹੜੀਆਂ ਫੋਕੇ ਐਲਾਨ ਆ ਜਿਹੜੇ ਗਰੀਬਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਉਹਦੀਆਂ ਜਿਹੜੀਆਂ ਇਹ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ ਔਰ ਉਹਨਾਂ ਦਾ ਜਿਹੜਾ ਨਿਰ ਆਧਾਰ ਇਹ ਜਿਹੜੇ ਆ ਫੈਸਲੇ ਜਿਹੜੇ ਆ ਕੀਤੇ ਜਾ ਰਹੇ ਨੇ ਉਹਨਾਂ ਦੀ ਇਹ ਜਿਹੜੀ ਆ ਫੂਕ ਇਹ ਰੈਲੀ ਜਿਹੜੀ ਕੱਢ ਕੇ ਰੱਖ ਦੇਵੇਗੀ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਰੇ ਸਾਥੀ ਬੰਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸਾਰੇ ਵਰਕਰ ਸਾਹਿਬਾਨ, ਅਹੁਦੇਦਾਰ ਸਾਹਿਬਾਨ ਸਾਰੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਔਰ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ 2022 ਦੇ ਵਿੱਚ ਆਪਣੀ ਸਰਕਾਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਗੱਠਜੋੜ ਦੀ ਸਰਕਾਰ ਬਣਾ ਕੇ ਆਪਣੇ ਮਸਲੇ ਹੱਲ ਕਰੀਏ ਤਾਂ ਕਿ ਜਿਹੜੇ ਕਾਂਗਰਸ ਸਰਕਾਰ ਜਿਹੜੀ ਹਮੇਸ਼ਾ ਲਾਰੇ ਤੇ ਨਾਰੇ ਲਾਉਂਦੀ ਰਹੀ ਆ ਉਹਨਾਂ ਨੂੰ ਜਿਹੜਾ ਇਸ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਵਿੱਚ ਉਹ ਜ਼ਾਲਮ ਸਰਕਾਰ ਨੂੰ ਚਲਦਾ ਕੀਤਾ ਜਾ ਸਕੇ ਔਰ ਪਿਛਲੇ ਦਿਨੇ ਤੁਸੀਂ ਦੇਖਿਆ ਕਿ ਜਿਹੜੇ ਪੜ੍ਹੇ ਲਿਖੇ ਬੀਐਡ ਬੇਰੁਜ਼ਗਾਰ ਨੌਜਵਾਨ ਆ ਉਹਨਾਂ ਨੂੰ ਉਸ ਉਹਦਾ ਜਿਹੜਾ ਸੀਐਮ ਚੰਨੀ ਦਾ ਸਿਕਿਉਰਿਟੀ ਅਫਸਰ ਆ ਡੀਐਸਪੀ ਅਫਸਰ ਆ ਉਹਨਾਂ ਨੂੰ ਕਿੱਦਾਂ ਇੱਕ ਜਾਨਵਰਾਂ ਦੇ ਵਾਂਗੂ ਕੁੱਟ ਰਿਹਾ ਇਹਦਾ ਇਹ ਅੱਜ ਫੈਸਲਾ ਆ ਇਹ ਸਾਡੇ ਗਰੀਬ ਲੋਕਾਂ ਦਾ ਬੇਰੁਜ਼ਗਾਰ ਨੌਜਵਾਨਾਂ ਦਾ ਜਿਹੜਾ ਇਹ ਅਕਾਲੀ ਦਲ ਬਸਪਾ ਗੱਠਜੋੜ ਜਿਹੜੇ ਸਰਕਾਰ ਬਣਾ ਕੇ ਉਹਨਾਂ ਨੂੰ ਰਾਹਤ ਦੇਵੇਗੀ ਔਰ ਜਿੱਥੋਂ ਤੱਕ ਗਰੀਬ ਦੇ ਨਾਲ ਜਿਹੜਾ ਹਰ ਸੰਬੰਧਿਤ ਮਸਲਾ ਆ ਚਾਹੇ ਉਹ ਨੀਲੇ ਕਾਰਡ ਦਾ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਵੀ ਸਹੂਲਤ ਦਾ ਹੋਵੇ ਚਾਹੇ ਉਹ ਕਰਜ਼ਾ ਮਾਫੀ ਦਾ ਹੋਵੇ ਤਾਂ ਇਹ ਸਰਕਾਰ ਜਿਹੜੀ ਆ ਉਹਨਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਵੇਗੀ ਇਹੋ ਜਿਹੀ ਅਪੀਲ ਕਰਦਾ ਹੋਇਆ ਬੰਗਾ ਸਾਥੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਵਿਦੇਸ਼ ਵਿੱਚ ਵੱਸਦੇ NRI ਵੀਰਾਂ ਨੂੰ ਅਪੀਲ ਆ ਕਿ ਆਪਾਂ 2022 ਦੇ ਵਿੱਚ ਮਨੋਹਰ ਲਾਲ ਸਰਪੰਚ ਕਮਾਮ ਔਰ ਲੋਕ ਸਭਾ ਇੰਚਾਰਜ ਅਨੰਦਪੁਰ ਸਾਹਿਬ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਉੱਥੇ ਬੰਗਿਆ ਦੇ ਵਿੱਚ ਪਹੁੰਚ ਕੇ ਆਪਾਂ ਸਰਕਾਰ ਬਣਾ ਕੇ ਸਾਰੇ ਇਸ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਔਰ ਸਾਰੇ ਗਰੀਬ ਸਮਾਜ ਨੂੰ 85% ਲੋਕਾਂ ਦੀ ਆਪਾਂ ਵਾਹ ਫੜ ਸਕੀਏ ਸਾਡੇ ਨਾਲ ਸਾਰੇ ਪੰਚਾਇਤ ਮੈਂਬਰ ਸਾਡੇ ਸਤਿਕਾਰਯੋਗ ਸਾਡੀਆਂ ਮੇਰੀਆਂ ਭੈਣਾਂ ਬੀਬੀਆਂ ਸਾਰੀਆਂ ਜਿਹੜੀਆਂ ਅੱਜ ਇਸ ਕਮਾਮ ਨਗਰ ਤੋਂ ਆ ਜਿਹੜੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੀਆਂ ਜਿਹੜਾ ਅੱਜ ਆਪਣਾ ਗੱਠ ਦਾਣਾ ਮੰਡੀ ਵਿੱਚ ਹੋ ਰਿਹਾ ਬੰਗਾ ਬਹਿ ਕੇ ਕਿੰਨੀ ਕੁ ਇੱਥੇ ਆਪਣੇ ਵਰਕਰ ਪਹੁੰਚਣੀ ਤੁਹਾਨੂੰ ਆਸ ਹੈਗੀ ਜੀ ਕਿਉਂਕਿ ਇਹ ਵਿਧਾਨ ਸਭਾ ਪੱਧਰ ਦੀ ਰੈਲੀ ਆ ਡਾਕਟਰ ਸਾਹਿਬ ਇਹ ਜਿਹੜਾ ਲਗਭਗ ਜਿਹੜਾ ਆ ਘੱਟੋ ਘੱਟ ਵੀ 6-7 ਹਜ਼ਾਰ ਦਾ ਇਕੱਠ ਹੋਏਗਾ ਔਰ ਜਿਹੜੀ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਇਸ ਗੱਠਜੋੜ ਦੇ ਉਮੀਦਵਾਰ ਨੇ ਉਹਨਾਂ ਦੀ ਜਿੱਤ ਯਕੀਨੀ ਆ ਅਤੇ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਆਪਾਂ ਸਾਰੇ ਸਾਥੀ ਕੋਈ ਭਰਮ ਭੁਲੇਖੇ ਵਿੱਚ ਨਾ ਹੋਵੇ ਕਿਉਂਕਿ 2022 ਦੇ ਵਿੱਚ ਜਿਹੜੀ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਗੱਠਜੋੜ ਦੀ ਸਰਕਾਰ ਬਣ ਜਾ ਰਹੀ ਆ ਔਰ ਪੰਜਾਬ ਦੀ CID ਨੇ ਵੀ ਜਿਹੜੀ ਰਿਪੋਰਟ ਦਿੱਤੀ ਆ ਇਸੇ ਕਰਕੇ ਜਿਹੜਾ ਕਾਂਗਰਸ ਸਰਕਾਰ ਨੇ ਸਿਰਫ 4 ਮਹੀਨਿਆਂ ਰਹਿੰਦੇ ਹੋਏ ਜਿਹੜਾ ਆ ਮੁੱਖ ਮੰਤਰੀ ਦੀ ਜਿਹੜੀ ਆ ਅਦਲਾ ਬਦਲੀ ਕੀਤੀ ਆ ਪਰ ਲੋਕ ਸਿਆਣੇ ਨੇ ਬਹੁਜਨ ਸਮਾਜ ਪਾਰਟੀ ਦੇ ਵੋਟਰ ਸਿਆਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੋਟਰ ਸਿਆਣੇ ਨੇ ਇਹੋ ਜਿਹੜੇ ਆ ਸੀਐਮ ਦੇ ਬਦਲ ਦੇ ਨਾਲ ਚਿਹਰਾ ਬਦਲ ਦੇ ਨਾਲ ਜਿਹੜਾ ਆ ਕੋਈ ਵੀ ਸਰਕਾਰ ਦਾ ਪੰਜਾਬ ਦਾ ਜਿਹੜਾ ਭਲਾ ਨਹੀਂ ਹੋਣੇ ਵਾਲਾ ਇਹਦੇ ਨਾਲ ਜਿਹੜੀ ਅੱਜ ਦੀ ਰੈਲੀ ਆਪਣੀ 11 ਦਸੰਬਰ ਦੀ ਗੱਲ ਪੰਜਾਬ ਦੀ ਇਹਦੇ ਵਿੱਚ ਆਪਣੇ ਪਿੰਡ ਤੋਂ ਕਿੰਨੀਆਂ ਗੱਡੀਆਂ ਜਾ ਰਹੀਆਂ ਨੇ ਇਹ ਬਹੁਤ ਵੱਡੀ ਬੱਸ ਭਰ ਕੇ ਜਿਹੜੀ ਡਾਕਟਰ ਸਾਹਿਬ ਇੱਥੇ ਜਿਹੜੀ ਆ ਇਸ ਰੈਲੀ ਦੇ ਵਿੱਚ ਸ਼ਾਮਲ ਹੋ ਰਹੀ ਆ ਅਤੇ ਸਾਰੇ ਸਾਥੀਆਂ ਵੀ ਤਾਂ ਉਤਸ਼ਾਹ ਆ ਕੁਛ ਕੰਮਾਂ ਕਾਰ ਵਾਲੇ ਲੋਕ ਜਿਹੜੇ ਉਹ ਘਰ ਵੀ ਨੇ ਪਰ ਉਹ ਜਿਹੜੇ ਆ ਇਸ ਗੱਠਜੋੜ ਨੂੰ ਬਹੁਤ ਵੱਡੇ ਪੱਧਰ 'ਤੇ ਸਪੋਰਟ ਕਰ ਰਹੇ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਜਿੰਦਾਬਾਦ।